ਮਾਰਨਿੰਗ ਆਪ ਸਭ ਦਾ ਇਸ ਮੈਥਮੈਟਿਕਸ ਪ੍ਰੋਫੈਸ਼ਨਲ ਕੇ ਚੈਨਲ ਪਰ ਵੈਲਕਮ ਹੈ ਤਾਂ ਚਲਿਏ ਅੱਜ ਹਮ ਕਲਾਸ 6 ਕਾ ਚੈਪਟਰ ਨੰਬਰ 1 ਨੋਇੰਗ ਅ ਨੰਬਰਸ ਸ਼ੁਰੂ ਕਰਦੇ ਹਾਂ। ਕਿਆ ਹੈ ਆਪਣੀ ਸੰਖਿਆਵਾਂ ਨੂੰ ਜਾਨਣਾ। ਆਪਾਂ ਪਿਛਲੇ ਲੈਕਚਰ ਵਿੱਚ ਗੁਣਾ ਵਾਲਾ ਅਭਿਆਸ ਸ਼ੁਰੂ ਕੀਤਾ ਸੀ ਜਿੰਦੇ ਆਪਾਂ ਪਹਿਲੇ 4 ਸਵਾਲ ਕੀਤੇ ਸੀ। ਹੁਣ ਅਗਲੇ 5 ਤੋਂ ਲੈ ਕੇ 8 ਸਵਾਲ ਤੱਕ ਆਪਾਂ ਕਰਨੇ ਆ। ਇਹ ਇੱਕ ਤਰ੍ਹਾਂ ਦਾ ਅਭਿਆਸ ਹੈ ਜੋ ਆਪਾਂ ਉਹਨਾਂ ਨੇ ਸਿਰਫ ਰਿਵੀਜ਼ਨ ਕਰਨ ਲਈ ਦਿੱਤਾ ਹੈ ਕਿ ਆਪਾਂ ਗੁਣਾ, ਭਾਗ, ਜੋੜ, ਘਟਾਓ ਵਾਲੀਆਂ ਚੀਜ਼ਾਂ ਆਪਾਂ ਨਿੱਕੀਆਂ ਕਲਾਸਾਂ ਸਿੱਖੀਆਂ ਹੋਈਆਂ ਤਾਂ ਉਹਨਾਂ ਦੀ ਸਿਰਫ ਇੱਕ ਪ੍ਰੈਕਟਿਸ ਹੈ। ਐਕਚੁਅਲ ਆਪਣਾ ਚੈਪਟਰ ਹਲੇ ਸ਼ੁਰੂ ਹੋਣ ਹੈ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਪੰਜਵੇਂ ਸਵਾਲ ਦੀ ਕਹਿੰਦਾ ਜੇਕਰ ਈਸ਼ਾ ਹਰ ਮਹੀਨੇ 48290 ਦੀ ਬਚਤ ਕਰਦੀ ਹੈ ਤਾਂ 2 ਸਾਲ ਬਾਅਦ ਉਸ ਕੋਲ ਕਿੰਨੀ ਰਕਮ ਹੋਵੇਗੀ ਤਾਂ ਇਸ ਦਾ ਮਤਲਬ ਉਹਨੇ ਪਹਿਲੇ ਸਾਲ 48290 ਦੀ ਬਚਤ ਕੀਤੀ ਅਗਲੇ ਸਾਲ ਵੀ ਨੇ 48290 ਦੀ ਬਚਤ ਕੀਤੀ ਤਾਂ ਕੁੱਲ ਕਿੰਨੇ ਪੈਸੇ ਬਚ ਗਏ ਠੀਕ ਹੈ ਤਾਂ ਇੱਥੇ ਮੈਂ ਇੱਕ ਟਿਪ ਦੇਣਾ ਚਾਹੂੰਗੀ ਕਿ ਜਦੋਂ ਵੀ ਆਪਾਂ ਇੱਕ ਤੋਂ ਵੱਡੀ ਰਕਮ ਦਾ ਮੁੱਲ ਕੱਢਣਾ ਤਾਂ ਹਮੇਸ਼ਾ ਗੁਣਾ ਕਰਨੀ ਹੈ ਹੁਣ ਇੱਥੇ ਆਪਾਂ 2 ਸਾਲ ਬਾਅਦ ਦੇਖਣਾ ਤਾਂ ਦੋ ਜਿਹੜੀਆਂ ਉਹ ਇੱਕ ਤੋਂ ਵੱਡੀ ਹੁੰਦੀਆਂ ਤਾਂ ਆਪਾਂ 48290 ਨੂੰ ਦੋ ਨਾਲ ਕੀ ਕਰਾਂਗੇ ਰਕਮ ਗੁਣਾ ਤਾਂ ਲਿਖਾਂਗੇ ਕੁੱਲ ਰਕਮ ਯਾ ਟੋਟਲ ਅਮਾਉਂਟ ਠੀਕ ਹੈ ਜੀ ਇੰਗਲਿਸ਼ ਚ ਐਵੇਂ ਲਿਖਿਆ ਜਾਊਗਾ ਟੋਟਲ ਅਮਾਉਂਟ ਕੀ ਕਰਾਂਗੇ 48290 ਗੁਣਾ 2 ਇਹਨੂੰ ਦੋ ਨਾਲ ਗੁਣਾ ਕਰਾਂਗੇ ਤਾਂ ਕਿੰਨਾ ਆ 48290 ਨੂੰ 2 ਨਾਲ ਗੁਣਾ ਕੀਤਾ

ਅਗਲਾ 6ਵਾਂ ਸਵਾਲ ਹੈ ਕਹਿੰਦਾ ਸੁਰਿੰਦਰ ਨੇ ਆਡੀਟੋਰੀਅਮ ਲਈ 15346 ਕੁਰਸੀਆਂ ਖਰੀਦੀਆਂ ਜੇਕਰ ਹਰ ਕੁਰਸੀ ਦਾ ਮੁੱਲ 398 ਰੁਪਇਆ ਤਾਂ ਸੁਰਿੰਦਰ ਨੇ ਕਿੰਨੀ ਰਕਮ ਅਦਾ ਕੀਤੀ ਮਤਲਬ ਇੱਕ ਕੁਰਸੀ 398 ਦੀ ਖਰੀਦੀ ਹੈ ਤਾਂ 15346 ਕੁਰਸੀਆਂ ਕਿੰਨੇ ਦੀਆਂ ਖਰੀਦੀਆਂ ਤਾਂ ਹੁਣ 15346 ਦਾ ਮੁੱਲ ਕੱਢਣਾ ਹੈ ਇਹ ਇੱਕ ਤੋਂ ਵੱਡੀ ਰਕਮ ਹੈ ਤਾਂ ਆਪਾਂ 15346 ਨੂੰ 398 ਨਾਲ ਕੀ ਕਰਾਂਗੇ ਗੁਣਾ ਤਾਂ ਇੱਥੇ ਲਿਖਾਂਗੇ ਕੁੱਲ ਰਕਮ ਹੈ ਆਊਗੀ ਹਨਾ ਤਾਂ ਕੁੱਲ ਰਕਮ ਯਾ ਟੋਟਲ ਅਮਾਉਂਟ ਹੋਵੇਗੀ ਤਾ ਕਿਵੇਂ ਗੁਣਾ ਕਰਾਂਗੇ ਤਾਂ ਤੁਸੀਂ ਉਹਨੇ ਦੇ ਗੁਣਾ ਕਰਨਾ ਸ਼ੁਰੂ ਕਰੋ 15346 ਨੂੰ 398 ਨਾਲ ਠੀਕ ਹੈ ਜੀ ਹੁਣ ਵੈਸੇ 398 ਨਾਲ ਗੁਣਾ ਕਰਨ ਦੇ ਬਹੁਤ ਸੌਖੇ ਤਰੀਕੇ ਵੀ ਹੈਗੇ ਆ ਪਰ ਹਲੇ ਆਪਾਂ ਛੋਟੀ ਕਲਾਸਾਂ 'ਚ ਤਾਂ ਸਿੰਪਲ ਗੁਣਾ ਹੀ ਸਿੱਖੀ ਸੀ ਤਾਂ ਆਪਾਂ ਇੱਥੇ ਸਿੰਪਲ ਨਾਲ ਹੀ ਕਰਾਂਗੇ ਅੱਗੇ ਜਾ ਕੇ ਆਪਾਂ ਸੌਖੇ ਤਰੀਕੇ ਨਾਲ ਸਿੱਖਾਂਗੇ ਠੀਕ ਹੈ ਜੀ ਤਾਂ ਹੁਣ ਆਪਾਂ ਇੱਥੇ ਲਾਉਨੇ ਆ 15346 ਨੂੰ ਕਿੰਨਾਂ ਗੁਣਾ ਕਰਨਾ ਸੀ ਆਪਾਂ 15346 ਨੂੰ 398 ਨਾਲ ਤਾਂ ਸ਼ੁਰੂ ਕਰਦੇ ਹਾਂ 398 ਨਾਲ ਪਹਿਲਾਂ 8 6 ਕੀ 48 48 ਦਾ 8 ਥੱਲੇ 4 ਆਪਣੇ ਕੋਲ ਹਾਂਸਲ ਆ ਗਿਆ 8 ਚੋਕਾ 32 ਤੇ 4 36 6 ਥੱਲੇ 3 ਹਾਂਸਲ ਆ ਗਿਆ 8 ਤੀਆਂ 24 ਤੇ 3 27 7 ਥੱਲੇ 2 ਹਾਂਸਲ ਆ ਗਿਆ 8 5 40 ਤੇ 2 42 2 ਥੱਲੇ 4 ਹਾਂਸਲ ਆ ਗਿਆ 8 1 8 ਤੇ 4 ਕਿੰਨਾ ਆ ਗਿਆ 12 ਹੁਣ ਆਪਾਂ ਦਹਾਈ ਵਾਲੀ ਰਕਮ ਪਤਾ ਕਰਨੀ ਹੈ ਤਾਂ ਦਹਾਈ ਮਤਲਬ 10 ਇਹੀ ਹੁੰਦਾ ਹੈ ਨਾ ਦਹਾਈ ਦੇ ਪਿੱਛੇ ਜ਼ੀਰੋ ਲਾਦੇ ਤਾਂ ਆਪਾਂ ਇੱਥੇ ਜ਼ੀਰੋ ਚਾਹ ਲਾਓ ਚਾਹੇ ਕ੍ਰੋਸ ਲਾਓ 9 6 54 4 ਥੱਲੇ 5 ਹਾਂਸਲ 9 4 36 ਤੇ 5 ਕਿੰਨੇ ਹੋਗੇ 41 1 ਥੱਲੇ 4 ਹਾਂਸਲ 9 3 27 ਤੇ 4 31 1 ਥੱਲੇ 3 ਹਾਂਸਲ ਆ ਗਏ ਇੱਥੇ ਲਿਖ ਲਓ 3 ਹਾਂਸਲ 9 5 45 ਦੇ ਤੇ 3 48 8 ਥੱਲੇ 4 ਹਾਂਸਲ 9 1 9 ਤੇ 4 13 ਆ ਗਿਆ ਹੁਣ ਆਪਾਂ ਸੈਂਕੜੇ ਵਾਲੀ ਰਕਮ ਨੂੰ ਹੱਲ ਕਰਨਾ ਤਾਂ ਉਹਦੇ ਲਈ ਕਿੰਨੀਆਂ ਜ਼ੀਰੋਆਂ ਪਿੱਛੇ ਆndੀਆਂ ਦੋ ਤਾਂ ਆਪਾਂ ਦੋ ਕਰਾਸ ਲਾ ਤੇ ਚਾਹੇ ਤੁਸੀਂ ਦੋ ਜ਼ੀਰੋ ਲਾ ਲਓ 3 6 18 ਅੱਠ ਥੱਲੇ ਇੱਕ ਕਾਂਸਲ ਆ ਗਿਆ 3 4 12 ਤੇ ਇੱਕ 13 ਤਿੰਨ ਥੱਲੇ ਫੇਰ ਹੀ ਕਾਂਸਲ 3 3 9 ਤੇ ਇੱਕ 10 ਜ਼ੀਰੋ ਥੱਲੇ ਫੇਰ ਹੀ ਕਾਂਸਲ 3 5 15 ਤੇ ਇੱਕ 16 6 ਥੱਲੇ ਫੇਰ ਹੀ ਕਾਂਸਲ 313 ਤੇ 1 4 ਆ ਗਿਆ ਹੁਣ ਇਹਨੂੰ ਜੋੜੀਏ 8 6 4 10 0 ਥੱਲੇ ਕੋਪਰ ਕਾਂਸਲ 7 ਦੇ 8 ਤੇ 1 9 9 ਤੇ 8 ਕਿੰਨੇ ਹੋ ਗਏ 17 7 ਥੱਲੇ ਫੇਰ ਹੀ ਕਾਂਸਲ 2 ਤੇ 1 3 ਤੇ 1 4 3 7 8 2 10 0 ਥੱਲੇ ਕਾਂਸਲ छे तो नौ दस ग्यारह एक थलेक्क उपर चार दो छः तो आंसर कि छे सौ दस सतर जीरो अट्ठ तो हूँ इतने कुल कि अमा अमाउंट हुई छे सौ दस सतर जीरो अट्ठ रुपए यानी कि पंद्रह तीन सौ छियाली कुर्सियाँ तो उन्हें किन्ने पैसे खर्चते छे लख ना नहीं काहठ लख सत्त हजार सत्त सौ अठ कठ लख खर्च लख सत्त हजार सत्त सौ अठ रुपए ਠੀਕ ਹੈ ਜੀ ਹੁਣ ਅਗਲੇ ਸਵਾਲ ਦੀ ਵਾਰੀ ਹੈ ਆਪਣੇ 7ਵੇਂ ਦੀ ਕਹਿੰਦਾ ਇੱਕ ਡੇਰੀ ਤੇ ਹਰ ਰੋਜ਼ 448 ਲੀਟਰ ਦੁੱਧ ਦੀ ਵਿਕਰੀ ਹੁੰਦੀ ਹੈ 4 ਹਫਤੇ ਵਿੱਚ ਕਿੰਨੇ ਦੁੱਧ ਦੀ ਵਿਕਰੀ ਹੋਵੇਗੀ ਮਤਲਬਾ ਉਹਨੇ ਕਿਹਾ ਇੱਕ ਡੇਰੀ ਵਿੱਚ ਹਰ ਰੋਜ਼ ਹਰ ਰੋਜ਼ 448 ਲੀਟਰ ਦੁੱਧ ਦੀ ਵਿਕਰੀ ਹੋਈ ਤਾਂ ਪਹਿਲਾਂ ਇੱਕ ਹਫ਼ਤੇ 'ਚ ਕਿੰਨੇ ਦਿਨ ਹੁੰਦੇ ਆ 7 ਹਨਾ ਹੁਣ ਇਹ ਦੇਖੋ ਇੱਕ ਦਿਨ ਦੀ ਹੈ ਇੱਕ ਦਿਨ 'ਚ ਉਹਨੇ ਕਿਹਾ 448 ਲੀਟਰ ਦੁੱਧ ਖਰਚਿਆ ਜਾਂਦਾ ਹੈ ਹਨਾ ਤਾਂ 4 ਹਫ਼ਤੇ ਦੇਖਨੇ ਆ 4 ਹਫ਼ਤੇ ਮਤਲਬ ਕਿੰਨੇ ਦਿਨ ਹੋਗੇ ਪਹਿਲਾਂ ਇਹ ਦੇਖੋ ਜਾ ਇੱਕ ਹਫ਼ਤੇ 'ਚ 7 ਦਿਨ ਹੁੰਦੇ ਆ ਤੇ 4 ਹਫ਼ਤਿਆਂ 'ਚ ਉਹੀ ਗੱਲ ਹੈ ਹੁਣ ਇੱਕ ਹਫ਼ਤੇ 'ਚ 7 ਦਿਨ ਤਾਂ 4 ਹਫ਼ਤਿਆਂ 'ਚ 4 ਇੱਕ ਤੋਂ ਵੱਡੀ ਰਕਮ ਹੈ ਤਾਂ 4 ਤੇ 7 ਨੂੰ ਗੁਣਾ ਕੀਤਾ 28 ਦਿਨ ਹੋ ਗਏ ਤਾਂ 28 ਦਿਨਾਂ ਵਿੱਚ ਆਪਾਂ ਲੀਟਰ ਪਤਾ ਕਰਨਾ ਤਾਂ ਫਿਰ 448 ਨੂੰ ਇੱਕ ਤੋਂ ਵੱਡੀ ਰਕਮ ਹੈ ਤੇ ਇਹਨਾਂ ਕੀ ਕਰਾਂਗੇ ਗੁਣਾ ਤਾਂ ਹੁਣ 448 ਨੂੰ 28 ਨਾਲ ਗੁਣਾ ਕਰੀਏ 884 4 ਥੱਲੇ 6 ਦੇ ਅੰਸਲ 8 ਚੋਕਾ 32 ਤੇ 6 ਕਿੰਨੇ ਹੋਗੇ 38 8 ਥੱਲੇ 3 ਅੰਸਲ 8 ਚੋਕਾ 32 ਤੇ 3 ਕਿੰਨੇ ਹੋਗੇ 35 ਹੁਣ ਅੱਗੇ 8 ਦੁਨੀ 16 6 ਦੇ ਉੱਪਰ ਅੰਸਲ 4 ਦੁਨੀ 8 ਤੇ 1 9 4 ਦੁਨੀ 8 ਤਾਂ ਅਨਸਰ ਕੀ ਆਪਣੇ ਕੋਲ ਆ ਗਿਆ 4 8 6 14 4 ਥੱਲੇ ਦੇ ਉੱਪਰ 10 5 15 5 ਥੱਲੇ ਤੇ ਉੱਪਰ 8 4 12 ਤਾਂ 12544 ਲੀਟਰ ਦੁੱਧ ਦੀ ਵਿਕਰੀ ਹੋਵੇਗੀ ਆਨਸਰ ਆ ਗਿਆ ਠੀਕ ਹੈ ਤਾਂ ਅਲਟੀਮੇਟਲੀ ਉਹੀ ਟਿਪ ਯੂਜ਼ ਹੁੰਦੀ ਹੈ ਕਿ ਤੁਸੀਂ ਜਦੋਂ ਵੀ ਇੱਕ ਤੋਂ ਵੱਧ ਚੀਜ਼ ਦਾ ਮੁੱਲ ਪਤਾ ਕਰਨਾ ਹੈ ਤਾਂ ਆਪਾਂ ਗੁਣਾ ਕਰਨੀ ਹੈ ਠੀਕ ਹੈ ਜੀ ਹੁਣ ਅੱਗੇ ਸਿੰਪਲ ਸਵਾਲ ਹੈ ਆਪਾਂ ਬਹੁਤ ਵਾਰ ਕੀਤੇ ਹੋਏ ਹੈ 6 ਸਵਾਲ ਆ ਤਿੰਨ ਮੈਂ ਕਰੂੰਗੀ ਤਿੰਨ ਤੁਸੀਂ ਕਰੋਗੇ ਪਹਿਲਾਂ ਦੋਹਾਂ ਚ ਇੱਕ ਮੈਂ ਕਰੂੰਗੀ ਮੈਂ ਪਹਿਲਾਂ ਸ਼ੁਰੂ ਕਰਨ ਲੱਗੀ 3125 ਨੂੰ 533 ਨਾਲ ਕੀ ਕਰਨਾ ਗੁਣਾ ਠੀਕ ਹੈ ਜੀ 5 3 15 5 ਇੱਥੇ ਖੰਡ ਸਲ 3 2 6 7 3 1 3 3 3 9 ਫਿਰ ਇੱਕ ਦਹਾਈ ਵਾਲਾ ਪਤਾ ਕਰਨਾ ਤਾਂ ਇੱਕ ਕ੍ਰੋਸ ਪੰਤੀ ਏ 15 ਪੰਜ ਇੱਥੇ ਖੰਸਲ 3 2 6 ਤੇ 1 7 3 1 3 3 3 9 ਚਾਹੇ ਸੇਮਸ ਤੋਂ ਉਹੀ ਰਕਮ ਫੇਰ ਲਿਖ ਦਿੰਦੇ ਹੁਣ ਸੈਂਕੜੇ ਵਾਲਾ ਦਾ ਪਤਾ ਕਰਨਾ ਤਾਂ ਦੋ ਕਰਾਸ 5 5 25 ਪੰਜ ਥੱਲੇ ਤੇ ਦੋ ਹੰਸਲ ਹਨਾ ਇੱਥੇ ਦੋ ਹੰਸਲ ਆ ਗਿਆ 5 2 10 ਤੇ ਦੋ 12 ਦੋ ਥੱਲੇ ਖੰਸਲ 5 1 5 ਤੇ 1 6 ਤੇ 5 3 15 ਆ ਵੇ ਹੁਣ ਇਹਦਾ ਜੋੜ ਕੀਤਾ ਕਿੰਨਾ ਆ 5 ਆਇਆ ਉਸ ਬਾਅਦ 7 5 12 ਇੱਥੇ 5 ਇੱਥੇ 12 ਉਹ ਖੰਸਲ 7 10 ਤੇ 6 16 6 ਥੱਲੇ ਖੰਸਲ 10 ਤੇ 5 15 5 ਥੱਲੇ ਖੰਸਲ 10 6 16 6 ਇੱਥੇ ਉੱਪਰ ਅੰਸਲ 6 ਯਾਨੀ ਕਿ ਆ ਗਿਆ ਆਪਣੇ ਕੋਲ 16 ਆ 6 ਤੇ 1 ਹੋ ਗਿਆ 6656 25 ਯਾਨੀ ਕਿ ਇਹਦਾ ਅਨਸਰ ਮੇਰੇ ਕੋਲ ਕਿੰਨਾ ਆ ਗਿਆ 16656 ਤੇ 25 ਠੀਕ ਹੈ ਜੀ ਹੁਣ ਅਗਲਾ ਸਵਾਲ ਬੀ ਪਾਰਟ 2 ਸੀ ਕਰੋਗੇ ਮੈਂ ਸੀ ਤੇ ਡੀ ਚੇ ਕਰਣ ਲੱਗੀ ਆ ਮੈਂ ਜ਼ੀਰੋ ਵਾਲਾ ਕਰਦੀ ਆ ਤਾਂ ਕਿ ਤੁਹਾਨੂੰ ਜ਼ੀਰੋ ਵਾਲੇ ਨੂੰ ਮੈਂ ਸਮਝਾ ਸਕਾਂ ਠੀਕ ਹੈ ਜੀ 805 ਨਾਲ ਗੁਣਾ ਹੁਣ 4332 ਨੂੰ 805 ਨਾਲ ਕੀ ਕਰਨੀ ਹੈ ਗੁਣਾ 5*2=10 0 ਥੱਲੇ ਇੱਕ ਹਾਂਸਲ 5*3=15 ਦੇ 16 6 ਥੱਲੇ ਖਾਂਸਲ 5*3=15 ਦੇ 16 6 ਥੱਲੇ ਖਾਂਸਲ 5*4=20 ਤੇ 1 21 ਹੁਣ 0 ਨਾਲ ਆਪਾਂ ਜਦੋਂ ਵੀ ਗੁਣਾ ਕਰਨੀ ਹੈ ਜਿਹੜੀ ਮਰਜ਼ੀ ਰਕਮ ਨੂੰ ਗੁਣਾ ਕਰੋ ਉੱਤਰ 0 ਹੀ ਆਣਾ 0*2=0 0*3=0 0*3=0 0*4=0 ਹੁਣ 8 ਸੈਂਕੜੇ ਵਾਲੇ ਦਾ ਉੱਤਰ ਪਤਾ ਕਰਨਾ ਤਾਂ 2 ਬਰਸ 8*2=10 8*2=16 6 ਥੱਲੇ ਇੱਕ ਹਾਂਸਲ 8*3=24 ਤੇ 1 25 5 ਥੱਲੇ 2 ਹਾਂਸਲ 8 3 24 ਤੇ 2 6 12 6 ਥੱਲੇ ਦੋ ਆਨਸਰ 8 4 32 ਤੇ ਦੋ ਕਿੰਨੇ ਹੋਗੇ 34 ਤਾਂ ਉਹਨੇ ਇਹਦਾ ਆਨਸਰ ਕਿੰਨਾ ਆਇਆ ਆਪਣੇ ਕੋਲ ਆਨਸਰ ਆਇਆ ਇੱਥੇ ਆ 0 ਆ 6 ਆ ਗਿਆ ਤਾਂ 0 6 ਤੇ 6 ਤੇ 6 12 ਦੋ ਇੱਕ ਉੱਪਰ ਹਾਂਸਲ ਪਾਂ ਤੇ ਦੋ 7 ਹੋ ਗਏ 6 ਤੇ 2 8 ਹੋ ਗਏ ਉਸ ਤੋਂ ਬਾਅਦ 34 ਆ ਗਿਆ ਤਾਂ ਆਪਣੇ ਕੋਲ ਇੱਥੇ ਜਾਂ ਇਹਨੂੰ ਮੈਂ ਇੱਥੇ ਸਹੀ ਤਰ੍ਹਾਂ ਲਿਖਦੇ ਨੇ 34 87 260 ਤਾਂ ਆਪਣੇ ਕੋਲ ਆਨਸਰ ਇਹ ਆ ਗਿਆ अच्छी तरह अपने को आंसर किया गया 87 ਇਹ ਦੋਨਾਂ ਨੂੰ ਆਪਾਂ ਗੁਣਾ ਕਰਤਾ ਤੇ ਆਪਣੇ ਕੋਲ ਕੀ ਆਨਸਰ ਆਇਆ ਇਹ ਦੋਨਾਂ ਨੂੰ ਗੁਣਾ ਕਰਨ ਤੇ ਕੀ ਆਨਸਰ ਆਇਆ 3487 260 ਠੀਕ ਹੈ ਜੀ ਹੁਣ ਅਖੀਰਲਾ ਸਵਾਲ ਹੈ ਇਹ ਦੋਵਾਂ 'ਚੋਂ ਇੱਕ ਕਰੂੰਗੀ ਇਹ ਤੁਸੀਂ ਆਪ ਕਰਿਓ ਮੈਂ ਇਹ ਕਰੂੰਗੀ ਕਿਉਂ ਕਿ 11 ਨਾਲ ਗੁਣਾ ਕਰਨ ਦਾ ਇੱਕ ਟ੍ਰਿਕ ਮੈਂ ਤੁਹਾਨੂੰ ਦੱਸੂੰਗੀ ਬਹੁਤ ਸੌਖਾ ਨੋ ਸੋਨਰਿੰਮੇ ਨਾਲ ਗੁਣਾ ਕਰਨ ਦਾ ਤਰੀਕਾ ਇੱਕ ਬਹੁਤ ਸੌਖਾ ਹੈਗਾ ਪਰ ਜਿਵੇਂ ਕਿ ਮੈਂ ਪਿਛਲੇ ਸਵਾਲ ਚ ਕਿਹਾ ਕਿ ਉਹ ਆਪਾਂ ਅਗਲੀਆਂ ਕਾਹਨ ਅਗਲੇ ਚੈਪਟਰਾਂ ਚ ਸਿੱਖਾਂਗੇ ਠੀਕ ਹੈ ਫਿਲਹਾਲ ਤੁਹਾਨੂੰ ਉਵੇਂ ਹੀ ਗੁਣਾ ਕਰਨੀ ਪੈਣੀ ਹੈ ਹੁਣ 11 ਨਾਲ ਗੁਣਾ ਕਰਨ ਦਾ ਜਿਹੜਾ ਮੈਂ ਤਰੀਕਾ ਕਹਿੰਨੀ ਪਈ ਉਹ ਇੱਕ ਟ੍ਰਿਕ ਹੈ ਉਹਨੂੰ ਤੁਸੀਂ ਹੁਣ ਵੀ ਉਵੇਂ ਹੀ ਕਰ ਸਕਦੇ ਹੋ ਕਿਵੇਂ ਜਿਹੜੀ ਵੀ ਰਕਮ ਨੂੰ 11 ਨਾਲ ਗੁਣਾ ਕਰਨਾ ਉਹ ਰਕਮ ਲਿਖ ਲਓ ਤੇ ਉਹਦੀ ਸ਼ੁਰੂਆਤ ਤੇ ਐਂਡ ਵਿੱਚ ਇੱਕ ਇੱਕ ਜ਼ੀਰੋ ਆਪਣੇ ਵੱਲੋਂ ਪਾ ਲਓ ਠੀਕ ਹੈ 11 ਨਾਲ ਗੁਣਾ ਕਰਨੇ 10 ਐਂਡ 10 ਪੈਣਾ ਤਾਂ ਹੁਣ ਕੀ ਕਰਨਾ ਇਹਨਾਂ ਨੂੰ ਜੋੜਨਾ ਹੈ 0 ਤੇ 4 ਜੋੜੇ 4 ਆ ਗਿਆ ਹਨਾ 0 ਤੇ 4 ਜੋੜੇ 4 ਹੁਣ 4 ਤੇ 3 ਜੋੜੇ 7 3 ਤੇ 2 ਜੋੜੇ 6 ਤੇ 3 ਤੇ 2 ਜੋੜੇ ਕਿੰਨਾ ਹੁੰਦਾ ਹੈ 5 2 ਤੇ 0 ਜੋੜੇ 2 ਤਾਂ ਇਸ ਦਾ ਮਤਲਬ 234 ਨੂੰ ਜਦੋਂ 11 ਨਾਲ ਗੁਣਾ ਕਰਾਂਗੇ 2574 ਆਊਗਾ ਕਰਕੇ ਦੇਖੀਏ ਦੇਖੋ 1 ਚੌਕਾ ਚੌਕਾ 1 ਤੀਆਂ ਤੀਆਂ 1 ਦੁਨੀ ਦੁਨੀ ਜਿਵੇਂ 0 ਨਾਲ ਗੁਣਾ ਕਰਨ ਦੇ ਉੱਤੇ 0 ਆਉਂਦਾ ਹੈ 1 ਨਾਲ ਜਿਹੜੀ ਮਰਜ਼ੀ ਰਕਮ ਨੂੰ ਗੁਣਾ ਕਰ ਲੋ ਉੱਤਰ ਰਕਮ ਹੀ ਆਊਗੀ ਹੁਣ ਆਏ ਇਸ ਇੱਕ ਦਾ ਦੇਖਣਾ ਤੇ ਰਕਮ ਸੇਮ ਹੋ ਗਈ 4 3 2 4 4 3 7 3 2 5 ਤੇ 2 ਦੇਖੋ ਸੇਮ ਉੱਤਰ ਆਇਆ ਨਾ ਤਾਂ 11 ਨਾਲ ਗੁਣਾ ਕਰਨ ਦਾ ਇਹ ਇੱਕ ਸੌਖਾ ਤਰੀਕਾ ਹੈ ਠੀਕ ਹੈ ਜਿਵੇਂ ਕੰਪੀਟੀਟਿਵ ਇਗਜ਼ਾਮਸ ਤੇ ਕੰਮ ਬਹੁਤ ਦਿੰਦਾ ਹੈ ਠੀਕ ਹੈ ਤਾਂ ਇਹ ਸੀ ਤੁਹਾਡੀ ਗੁਣਾ ਵਾਲੇ ਅਭਿਆਸ ਜਿਹੜਾ ਰਿਵੀਜ਼ਨ ਐਕਸਰਸਾਈਜ਼ ਬੁੱਕ ਦੇ ਅੱਗੇ ਦਿੱਤਾ ਹੋਇਆ ਉਹ ਵੈ ਉਹਦੇ ਅੱਜ ਆਪਾਂ ਸਾਰੇ ਸਵਾਲ ਕਰ ਲਏ ਠੀਕ ਹੈ ਜੀ ਜਿਹੜੇ ਮੈਂ ਸਵਾਲ ਛੱਡਿਓ ਤੁਸੀਂ ਕਰਨੇ ਅਗਰ ਕੁਝ ਨਾ ਸਮਝ ਆਇਆ ਨਾ ਸੋਲਵ ਹੋਇਆ ਤਾਂ ਮੈਨੂੰ ਕਮੈਂਟਸ ਦੱਸ ਦਿਓ ਔਰ ਹਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਹੈਵ ਅ ਨਾਈਸ ਡੇ